वाहिगुरु जी का खालसा वाहिगुरु जी की फतेह। वेखो जी राधा स्वामी की करतूत तुहानू वर्ल्ड की संगत नू विखा रहे हैं। जिहड़ा कि कहिंदा मैं पिंडरां वाले संतां दे पिंड दे लागे दा वां ते तुसीं मेरी रीस नहीं कर सकदे, मेरी टक्कर नहीं तुसीं लै सकदे। उदाहरण उहनां दी दित्ती अज उहने, अज मूंह निकलिया संतां दा बोल उहनां दे, बाबे गुरिंदर सिंह होणां दे ते आ पिंड वासी को खलोते ने, इहनां नाल वी विचार करदे आपां जी। वेखो जी असी तो पहला तो इन्होंने गाड़ी में मुद्दा रखा है, साड़ी जिहड़ी जमीन आ असी अपनी पंचायत की जमीन आ लैण नूं तैयार आ बोली ते, पर सानू राह ते दित्ता जावे। वह कहिंदा कि मेरे कोल कब्जे ते जमीन आ, मैं जिहड़ा कोई मेरे तो ताह चढ़ के दऊगा ते फेरी आ, मैं पैसे दे जोर नाल लै रहा। कहण दा भाव आ वी पंचायत की पैली जिहड़ी आ, मैं जिहड़ी किन्नी पैली सी जी, इहदी 80 किले आ, 80 किले पंचायत की पैली, 80 एकड़ जिहड़ी उह वली गई आ। ते दसो उहदी बोली की होणी आ, जिहड़ियां जिहड़े देश दीआं आपणा देश दीआं पंचायतां जिहड़ा जिहड़ा देश दा जिहड़ा वेलड़ा साधां नूं जिहड़ा वा उह देई जाण डिया, इन्नियां पंचायत दीआं पैलियां होर खरीद खरीद के उह देश तरक्की कर सकदा। वाहिगुरु जी बोली उहनां दी बोलदी आ जी, कोई भी पंचायत कोई अफसर जिहड़ा वा कोई लागे सुनवाई नहीं हो रही आ। घर ढाठण दी तैयारी च, बिलकुल मीह बहुत पै रहे ने सारे, आ फिरनी आ पिंड दी हुण, सारी पिंड दी फिरनी जिहड़ी आ इह खुर गई। ते दसो पिंड दे घर जिहड़े आ लागे बन्ने 2 साल हो गए ढठणगे, 2 साल हो गए असीं पंचायत नूं आंदे ने भी साडी गली बना दो, उहनां ने हजे तक नहीं सी नहीं बननी, बाबा जी आए ते अज के कहंदे असीं आ बनावांगे। अगे पहला जिहड़ी गुरुद्वारे जगह जिहड़ी उहदा 4 साल मता पिया रहा, जदों फिर बाबे आए उहनां ने फिर कहा ते इहनां ने बनाई आ, ਜਦੋਂ ਗੱਲ ਚੁੱਕੀ ਗਈ ਜਾਦੀ 4 ਸਾਲ ਉਹਦੇ ਕੋਲ ਜਾਂਦੇ ਰਹੇ, ਉਹ ਵੀ ਟੱਟ ਗਈ ਹੁਣ, ਉਹ ਤੇ ਪਹਿਲਾਂ ਟੱਟੀ ਜਦੋਂ ਪਹਿਲਾਂ ਵਿਵਾਦ ਹੈਗਾ ਇਹ, ਹੁਣ 2 ਸਾਲ ਹੋ ਗਏ ਇਹਨੂੰ, ਆਹ ਜਿਹੜੀ ਬਣਾਈ ਹੈ ਵੀ ਹੁਣ ਆਗ ਲੱਗ ਕੇ ਕੱਲੀ ਮਾਤਾ ਜੀ ਦਾ ਘਰ ਟੱਟ ਗਿਆ ਨਾ। ਬਾਬਾ ਜੀ ਆਹ ਜਿਹੜੀ ਜ਼ਮੀਨ ਆ ਬਿਲਕੁਲ ਏਦਾਂ ਇੱਕੋ ਜਿਹੀ ਤੇ ਇਹ ਹੁਣ ਵੇਖ ਲੋ ਸਾਰੀ ਥੱਲਿਓਂ ਪੁੱਟੀ ਜਾਂਦੀ, ਇਹ ਇੱਕ ਥਾਂ ਤੇ ਨਹੀਂ ਆ, ਬੜੇ ਥਾਵਾਂ ਦੇ ਘਰ ਤੁਹਾਨੂੰ ਹੋਰ ਵੀ ਵਿਖਾੜ ਦੇ। ਬਾਕੀ ਆਹ ਮਾਤਾ ਦਾ ਘਰ ਆ ਜਿਹੜਾ ਟੱਟ ਚੱਲਿਆ, ਵੇਖੋ ਬਜ਼ੁਰਗ ਮਾਤਾ ਇਹੋ ਜਿਹੀ ਮਾਤਾ ਦੀ ਸੇਵਾ ਕਰਨ ਦਾ ਫਾਲੇ ਫਰਜ ਆ ਹੁਣ, ਤੇ ਇਹਦਾ ਘਰ ਟੱਟ ਗਿਆ ਦੀ ਮੈਂ ਕਿੱਥੇ ਜਾਵਾਂ ਦੱਸੋ। ਕੱਲ ਦੀ ਵਿਚਾਰੀ ਦੀ ਫਿਰਨੀ ਜਿਹੜੀ ਉਹ ਟੱਟ ਗਈ ਹੁਣ, ਉਹ ਕਿਸੇ ਦੇ ਘਰ ਥਾਣੀ ਵੜਨ ਡਈ ਹੈ ਕਿ ਹੈਗਾ ਰਾਹ ਆਉਂਦੀ ਵੀ ਹੈ ਨਹੀਂ ਰਾਹ ਜੀ। ਵਾਹਿਗੁਰੂ ਜੀ ਆਹ ਜਗ੍ਹਾ ਜਿਹੜੀ ਹੈ ਸਾਰੀ ਇਹਨਾਂ ਨੇ ਲਾਗੇ ਬੰਨੇ ਮੁੱਲ ਖਰੀਦ ਲਿਆ, ਉਹ ਘਰ ਜਿਹੜੇ ਰਹਿ ਗਏ ਸੀ ਉਹ ਫਿਰਨੀ ਢਾ ਕੇ ਵੀ ਕੱਢ ਦੇਣੇ, ਜਿੰਨਾ ਕੋ ਓਦਾਂ ਕੋਈ ਜਲਜੂ ਤਾਂ ਵੀ ਠੀਕ ਹੈ, ਨਹੀਂ ਤੇ ਭਜਾ ਦੇਣੇ ਆ। ਤੇ ਆਹ ਵੇਖੋ ਖੂਹੀ ਨਹੀਂ ਪੂਰੀ ਵੀ ਨਿਆਣਾ ਕੋ ਡੁੱਬ ਕੇ ਮਰੇ ਇਹਨਾਂ ਦਾ, ਨਿਆਣਾ ਵਿੱਚ ਡਿੱਗੇ, ਆਹ ਫਿਰਨੀ ਸੀ ਵਾਹਿਗੁਰੂ ਜੀ ਜਿਹੜੀ ਉਧਰੋਂ ਆ ਰਹੀ ਹੈ, ਤੇ ਸਾਰੇ ਘਰ ਖਰੀਦ ਲਿਆ। ਗੁਰਦੁਆਰਾ ਸਾਹਿਬ ਦਾ ਵੀ ਅੱਗੇ ਪੰਗਾ ਪਿਆ ਰਿਹਾ, ਉਧਰ ਵੀ ਤੁਹਾਨੂੰ ਵਿਖਾ ਦਿੰਦੇ ਆ ਗੁਰਦੁਆਰਾ ਸਾਹਿਬ ਦੇ ਵਿਚਾਰ ਸੀ ਉਹਨਾਂ, ਦੱਸੋ ਕੀ ਕਰਨਾ ਇਹਨਾਂ, ਬਹੁਤਾ ਸ਼ੌਂਕ ਆ ਤੇ ਹੋਰ ਕਿਤੇ ਲੈ ਕੇ 500-700 ਏਕੜ 500-700 ਏਕੜ ਕਿੱਥੇ, 5-7 ਹਜ਼ਾਰ ਏਕੜ ਬਣਾ ਲਿਆ ਇਹਨੇ ਜਗ੍ਹਾ ਸੰਤਾਂ ਜੀ, ਉਹ ਆਪਣੇ ਲਾਗੇ ਵਸੋ ਕਰਦੇ ਆ, ਇਹ ਆਪਣੇ ਲਾਗੇ ਹਜ਼ਾਰ ਪਾਉਣ ਡਿਆ ਤੇ ਜੇ ਬਹੁਤਾ ਜ਼ਿਆਦਾ ਇਹਨਾਂ ਨੂੰ ਵਿਹਲੇ ਇਕੱਲਿਆਂ ਰਹਿਣ ਦਾ ਸ਼ੌਂਕ ਆ ਤੇ ਹੋਰ ਕਿਤੇ ਚੱਲ ਜਾਣ ਪੰਜਾਬੋਂ ਬਾਹਰ ਜਾ ਕੇ ਕਿਸੇ ਦੇਸ਼ ਹੀ ਕੋਈ ਖਰੀਦ ਲੈਣ ਤੇ ਉੱਥੇ ਆਪਣਾ ਡੇਰਾ ਬਣਾ ਲੈਣ। ਵਾਹਿਗੁਰੂ ਜੀ ਮਾਤਾ ਨੇ ਹਾਸੇ ਵਾਲੀ ਗੱਲ ਕਰਤੀ, ਚਲੋ ਹੱਸਣ ਦਾ ਸਮਾਂ ਤੇ ਨਹੀਂ ਹੈਗਾ। ਮਾਤਾ ਜੀ ਕਹਿੰਦੇ ਆ ਵੀ ਬਾਬਾ ਜੀ ਨੂੰ ਕੋਈ ਹਿਸਾਬ ਨਾ ਜਾਵੇ ਕਿਤੇ ਤੁਹਾਨੂੰ ਨਾ ਘੇਰ ਲੈਣ, ਮੈਂ ਕਿਹਾ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਅੱਗੇ ਵੀ ਗੁਰੂ ਨਾਨਕਪੁਰੇ ਦਾ ਪੰਗਾ ਪਿਆ ਸੀ, ਕਰਦੇ ਆ ਜੀ ਕਰਦੇ, ਬਿਲਕੁਲ ਸੱਚੀ ਗੱਲ ਆ। ਮੈਨੂੰ ਇਹਨਾਂ ਨੇ ਬੜੀ ਡਰਾਉਣ ਦੀ ਕੋਸ਼ਿਸ਼ ਕੀਤੀ, ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਮਹਾਰਾਜ ਦੀ ਦਇਆ ਰਹੀ ਹੈ, ਬਿਲਕੁਲ ਸਹੀ ਗੱਲ ਤੁਹਾਡੀ। ਹਾਂਜੀ ਵਾਹਿਗੁਰੂ ਜੀ ਵੇਖੋ ਜੀ ਆਹ ਹੁਣ ਜਗ੍ਹਾ ਗੁਰਦੁਆਰਾ ਸਾਹਿਬ ਦੇ ਲਾਗੇ ਬੰਨੇ ਸਾਰੀ ਖਰੀਦ ਲਈ ਆ, ਤੇ ਪੌੜੀਆਂ ਨਹੀਂ ਢਾਉਂਦੇ ਜਾਂਦੇ, ਇਹਨਾਂ ਦੀ ਇਹ ਆਦਤ ਆ ਵੀ ਪੌੜੀਆਂ ਇਸ ਕਰਕੇ ਨਹੀਂ ਢਾਉਂਦੇ ਵੀ ਪੌੜੀਆਂ ਥਾਣੀ ਕੋਈ ਚੋਰ ਚੱਕਾ ਜਾਵੇ ਚੜੇ ਘਰ ਤੇ ਨਾਲੇ ਧਮਕੀਆਂ ਦੇਣ ਵਾਲੀ ਗੱਲ ਆ। ਉਹ ਗੁਰਦੁਆਰਾ ਸਾਹਿਬ ਹੈ ਜੀ ਤੇ ਤੰਗ ਹੋ ਗਏ ਜਾਣ, ਜੋ ਵੀ ਇਹ ਤੰਗੀ ਦੇ ਰਿਹਾ ਤੇ ਇੱਥੇ ਨਾ ਟੋਆ ਪੁੱਟ ਦੇਣ ਲੱਗੇ ਸੀ ਤੇ ਇਹਨਾਂ ਹੱਥ ਪੱਲਾ ਜੋੜ ਕੇ, ਵਿਚਾਰੇ ਜ਼ੋਰ ਤੇ ਹੈ ਨਹੀਂਗਾ ਇਹਨਾਂ ਗਾੜੀ ਕਿਸੇ ਦਾ, ਤੇ ਹੱਥ ਪੱਲਾ ਜੋੜ ਕੇ ਆ ਪਿੰਡ ਦੇ ਵਿੱਚੋਂ ਟੋਆ ਜਿਹੜਾ ਪੁੱਟਣੋਂ ਬੰਦ ਕਰਵਾਇਆ ਵੀ ਨਾ ਇੱਦਾਂ ਕਰੋ ਬੱਚੇ ਡੁੱਬ ਜਾਣਗੇ ਸਾਡੇ। ਹਾਂਜੀ ਵਾਹਿਗੁਰੂ ਜੀ ਉਹੀ ਜਗ੍ਹਾ ਵਾ ਜਿੱਥੇ ਤੁਹਾਨੂੰ ਕਹਿ ਰਹੇ ਸੀ ਟੋਏ ਪੁੱਟ ਦੇਣ ਲੱਗੇ ਸੀ ਤੇ ਪਿੰਡ ਵਾਲੇ ਹੱਥ ਪੱਲਾ ਜੋੜ ਕੇ ਜਿਹੜਾ ਬਚਾ ਕੀਤਾ। ਤੇ ਇੱਧਰ ਵੇਖੋ ਜੀ ਆਹ ਗੁਰੂ ਘਰ ਆ ਲਾਗੇ, ਤੇ ਦੱਸੋ ਇਹਨਾਂ ਦੇ ਚੇਲੇ ਕਹਿੰਦੇ ਹੁੰਦੇ ਆ ਬਾਬੇ ਸਾਡੇ ਵੀ ਗੁਰੂ ਘਰ ਨੂੰ ਹੀ ਮੰਨਦੇ ਆ, ਇਹ ਤੇ ਤੁਸੀਂ ਐਵੇਂ ਲੜਾਈਆਂ ਪਾਉਂਦੇ ਜੋ, ਜੇ ਗੁਰੂ ਘਰ ਨੂੰ ਮੰਨਦੇ ਆ ਤੇ ਆਹ ਜਗ੍ਹਾ ਜਿਹੜੀ ਗੁਰੂ ਘਰ ਦੇ ਨਾਲ ਜੋੜਨ, ਇਹ ਨਹੀਂ ਗੁਰੂ ਘਰ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੀ, ਗੁਰੂ ਗ੍ਰੰਥ ਸਾਹਿਬ ਨੂੰ ਵਾਕਿਆ ਹੀ ਮੰਨਦੇ ਆ, ਤੇ ਆਹ ਜਗ੍ਹਾ ਜਿਹੜੀ ਇੱਥੇ ਤਾਰਾਂ ਲਾਤੀਆਂ ਗੁਰੂ ਘਰ ਦੇ ਸਾਹਮਣੇ, ਇੱਥੇ ਪਾਰਕ ਬਣਾ ਕੇ ਦੇਣ ਵਧੀਆ ਗੁਰੂ ਘਰ ਨੂੰ ਵੀ ਬੱਚੇ ਆਉਣ, ਕੋਈ ਵੀ ਮਾਈ ਭਾਈ ਆਵੇ ਪਾਰਕ ਦੇ ਵਿੱਚ ਸ਼ਾਮਾਂ ਨੂੰ ਬਹਿਣ। ਤੇ ਬਾਕੀ ਹੁਣ ਸਾਰੀ ਸੰਗਤ ਜਾਣਦੀ ਆ, ਵੇਖੋ ਸੰਗਤ ਨਾਲ ਆ, ਦੁਖੀ ਆ ਸਾਰੇ ਇਹਨਾਂ ਤੋਂ। ਆਹ ਗੁਰੂ ਘਰ ਆ, ਗੁਰੂ ਘਰ ਦੇ 4 ਸਫੇਰਿਓਂ ਜਗ੍ਹਾ ਜਿਹੜੀ ਇਹ ਖਰੀਦ ਲਈ ਇਹਨਾਂ ਨੇ, 2 ਪਾਸੇ ਦੇ ਖਰੀਦੇ ਤੁਹਾਨੂੰ ਵਿਖਾਲਤੇ, ਤੀਜੇ 'ਚ ਵੀ ਕੁਛ ਘਰ ਖਰੀਦੇ ਹੋਣੇ ਆ, ਆਹ ਸਾਰੇ ਖਰੀਦੇ ਆ ਜੀ। ਆਹ ਵੇਖੋ ਜੀ ਕਿੱਡੀ ਸ਼ਰਮ ਵਾਲੀ ਗੱਲ ਆ ਵੀ ਆਹ ਜਿੱਥੇ ਟੂਟੀਆਂ ਲੱਗੀਆਂ ਗੁਰੂ ਘਰ ਦੀਆਂ ਇਹ ਘਰ ਮੰਗਣ ਡਿਆ ਇਹ, ਮੈਨੂੰ ਕਹਿਣ ਲੱਗਿਆ ਬਹੁਤ ਅਫਸੋਸ ਹੋ ਰਿਹਾ ਵੇ, ਤੇ ਸੰਗਤਾਂ ਹੀ ਹੁਣ ਇਹ ਵੀਡੀਓ ਨੂੰ ਅੱਗ ਵਾਂਗੂ ਫੈਲਾਉਣਾ ਵਾ ਵੀ ਇਹਨਾਂ ਦੀ ਕਰਤੂਤ ਜਿਹੜੀ ਆ ਪਤਾ ਲੱਗ ਜਾਏ ਸਾਰੀ ਵਰਲਡ ਨੂੰ ਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।